फनी वीडियोस देखने के लिए हमारे चैनल रचनारी टीवी को सब्सक्राइब करें। पूरा 3 लीटर है। आ देख ला। अच्छा गाल सुन ला मेरी। आँख बचा के जाना है। इतने चौधरी भौकरा बंदे मत्थे ना लग जावे। अगर मत्थे लग भी जावे तो नुआ की तेल नहीं है। मैं पानी फिल्टर तो भरा के ला बनाया। ठीक है हाँ। चुप करके निकल जा। मैनू ना फसा छी। चलो खर्चा पानी खुला बढ़ गया ते सुगरी नू चार आने मुलाकात करन दा टाइम बन जासी। आ जा नीलिया। नीलिया जी चौधरी साहब जी गल ये है आए आपने तुक्के पाए ना अगे ही मैं लाए गया ट्राली त्री माण हो हूँ मेरा दिल है त्राए चार रेड़े चंगे रेत दे ओवेंड बेच ठोको उत्तू पानी बेच आंदा करो घाट तो घाट जेड़ा ना 70-80 माण तो निकलनी चाहिए ट्राली। समझ लग गई है कि का ही नहीं लग गई जी लग हां जरा आंख बचा दे शरीका वाले आ ठीक है ते मैं आया खला हरम जी मेरा नौकर ठीक ओ दिवा सोर कर लवा की आंदा हरम दीती जान ठीक सुन हां भाई की गल है की गल है एंदे कोई तेल दा फक्का पवा ले करो एमे नहीं टूटता ट्रैक्टर डीजल पाउंदा है 9 किलिया 120 लीटर किवें पी गया मैं तो गल समझ च नहीं आंदी पई आ जेड़े दो चक्कर कंबीर खाजा मम्मद बना दे लगे नो ओ भूल गया ओ यार मोड़ भी इतना नहीं पी सकदा मोड़ भाई एंदी न्यो जल जेड़ी है ना ओ नवी पंदी है ओ अच्छा। तेल घणे छट्टे मारती पई तो तू पहले भाई नहीं दस सकना वे हुन मैं तैनु पहले ही दसदा पिया के भैया आज जे नहीं ना तेल पी लिया न्यो जल नवी पुआला ट्रैक्टर लीटर त्री किला वाया कले हल बेवकूफ है चल मैनू किधर ले जाना मैनू पैसे दे मैं तेल पुआवा उते लेदर जाके करनी है ते नाले यार इदे उते को टेप शेप मैनू लवा के दे आई मैं चक दे विचो लगा लोकां नू पता लगे रमजी सियाणा लगा जांदा है राय की टेप वाली गल है हां ओ मैं आखाया मुश्ताक नू अड्डे क्वार्टरा ते अच्छा टेप चंगी टेप बणिंदा पिया ओ भी लग जासी ते राय की तेल दी गल है तेल अपना खाता चलदा पिया पुआ लमजा खाते जो मैं पवा लेना चलो ठीक है सा काट लवे 2 मिनट के जावा तू जा बढ़िया काम दे भीड़े चढ़े खले तू सवण बवंडी करदा बना है चलो ठीक है हां जागा Thank you.
ਹੋਏ ਤੇਰੇ ਮਗਰ ਕਿੱਥੇ ਕਿੱਥੇ ਆਉਣਾ ਪੈਂਦਾ। ਇੱਥੇ ਕੀ ਕਰਦੀ ਬਣੀ ਆ? ਮੈਂ ਸਬਜ਼ੀ ਤੋੜਦੀ ਬਣੀ ਆ। ਚੁਦਰਾਨੀ ਹਲੇ ਗਈ ਆ ਸੂ, ਸਾਰੇ ਸੁੱਤੇ ਪਿਆ ਨੇ, ਤੇ ਮੈਂ ਆਖਿਆ ਉਹਨਾਂ ਦੇ ਖੇਤਾਂ 'ਚ ਸਬਜ਼ੀ ਸੁਗਰੀ ਤੋੜ ਲਿਆ। ਵਾਹ ਭਾਈ ਵਾਹ, ਬੇਇੱਜ਼ਤੀ ਤਾਂ ਤੁਸੀਂ ਕੋਈ ਨਹੀਂ ਡਰਨੀ, ਜ਼ਰਾ ਬਰਾਬਰ ਵੀ। ਓਹੋ, ਸਾਰੇ ਸੁੱਤੇ ਪਏ ਨੇ, ਜੇ ਕੋਈ ਉੱਠੀ ਪਾਉਂਦਾ ਤਾਂ ਮੋੜ। ਮੈਂ ਉਹਨਾਂ ਦੇ ਤੋੜ ਕੇ ਵਾਗ ਜਾਸਾ, ਮੈਂ ਤੁਹਾਨੂੰ ਤੋੜ ਲਈ ਹੈ। ਬੜੀ ਤਰੀਖੀ ਹੈ ਤੂੰ। ਐ ਨਾ, ਪੈਸੇ ਜੇ ਮੇਰੇ ਕੋਲ ਹੈਣ ਤਾਂ ਲੈ ਲਾ, ਮੁੜ ਪਰ ਤੇਰੇ ਲਈ ਆਉਣੇ ਅੰਦਰ ਬਾਹਰ ਜਾਉਂ ਕੇ 10,000 ਰੁਪਈਆ ਹੀ। ਅੱਛਾ, ਹਾਂ ਤੇ ਤੂੰ ਇਤਨੇ ਪੈਸੇ ਕੀ ਕਰਨੇ ਆ? ਮੇਰੇ ਤਾਂ ਲਿੰਗਾਰੇ ਲੈ ਗਏ। ਲੈ, ਕੋਈ ਸੋ ਜ਼ਰੂਰਤ ਹੁੰਦੀ ਇਨਸਾਨ ਨੂੰ, ਕਰੀਮ ਹੁੰਦੀ ਹੈ, ਸੁਰਖੀ ਹੁੰਦੀ ਹੈ, ਕੱਪੜੇ ਹੁੰਦੇ ਨੇ, ਹਾਂ ਹਾਂ, ਹਰ ਸ਼ੈ ਲੈ, ਹਰ ਸ਼ੈ ਲੈ, ਖੁੱਲ੍ਹੇ ਦਿਲ ਨਾਲ ਲੈ। ਮੈਂ ਤਾਂ ਖੁੱਲ੍ਹੇ ਦਿਲ ਨਾਲ ਲੈਂਦੀ ਪਈ ਹਾਂ ਸ਼ਈਆਂ, ਪਰ 1200 ਰੁਪਈਆ ਤੇਰੀ ਤਨਖਾਹ ਹੈ ਤੇ ਇੰਨੇ ਪੈਸੇ ਕਿਹਦੋਂ ਲੈਣਾ? ਓਹੋ, ਇਹ ਬਰੀਕੀ ਹੈ, ਚੇਡਾ ਜਾਵਣ ਦੀ ਕਿਹੜੀ ਲੋੜ ਹੈ? ਤੂੰ ਆਂਬ ਖਾ, ਤੈਨੂੰ ਕੀ ਲੋੜ ਹੈ ਪੇੜ ਗਿਣਨ ਦੀ? ਫਿਰ ਪੁੱਛਣਾ ਪਿਆ ਤੇਰੇ ਕੋਲੋਂ, ਕਿਤੇ ਚੋਰੀਆਂ ਤਾਂ ਨਹੀਂ ਕਰਨਾ? ਅੱਛਾ, ਤਾਂ ਤੂੰ ਬੜੀ ਇੱਥੇ ਹਾਜ ਕਰਨ ਆਈ ਹੋਈ ਹੈ, ਤੂੰ ਵੀ ਚੋਰੀ ਕਰਦੀ ਬਣੀ ਹੈ? ਤੇ ਮੈਂ ਤਾਂ ਸਬਜ਼ੀ ਚੋਰੀ ਕੀਤੀ ਹੋਵੇ, ਉਹਨਾਂ ਦੇ ਘਰ ਵੇਖ ਕੇ ਆਈ। ਇੱਥੇ ਕਿਹੜਾ ਚੋਰ ਨਹੀਂ ਹੈ, ਮੈਨੂੰ ਇਹ ਪਹਿਲੇ ਦੱਸ ਚਾ, ਇੱਥੇ ਸਾਡੇ ਮਾਸ਼ਰੇ ਦੇ ਵਿੱਚ ਕਿਹੜਾ ਚੋਰ ਨਹੀਂ ਹੈ? ਹਰ ਬੰਦਾ ਚੋਰ ਹੈ, ਹਰ ਬੰਦਾ ਚੋਰ ਹੈ, ਹਰ ਬੰਦਾ ਠੱਗ ਹੈ। ਜਿੰਦਾ ਕਿੱਥੇ ਕੋਈ ਦਾ ਲੱਗਦਾ ਹੈ ਉਹ ਲਾਈ ਖੜੋਤਾ। ਆਹ ਜਿਹੜੇ ਤੈਨੂੰ ਮੈਂ ਪੈਸੇ ਦਿੱਤੇ ਨਾ, ਇਹ ਬੜੀ ਮਿਹਨਤ, ਬੜੀ ਤਗੋ ਦੌੜ ਤੂੰ ਬਾਅਦ ਆਏ ਨੇ, ਇੱਡੇ ਸੌਖੇ ਨਹੀਂ ਆ ਗਏ, ਮਿਹਨਤ ਨਾਲ ਲੈ ਕੇ ਆਉਂਦਾ। ਤੇ ਹਰ ਕੋਈ ਮਿਹਨਤ ਨਾਲ ਹੀ ਲੈਂਦਾ, ਮੈਂ ਵੀ ਤਾਂ ਇੰਨੀ ਧੋਪੇ ਚ ਆਈ ਖਲੀਆਂ ਮਿਹਨਤ ਕਰਨ, ਮਿਹਨਤ ਕੀਤੀ ਤੇ ਲੈ ਕੇ ਜਾਂਦੀ ਪਈ ਆ। ਅਗਰ ਇਸ ਗੱਲ ਨੂੰ ਵੇਖਿਆ ਜਾਵੇ ਨਾ, ਤਾਂ ਸਭ ਤੋਂ ਨੇਕ, ਸਭ ਤੋਂ ਹਲਾਲ ਦੀ ਰੋਜ਼ੀ ਹੈ ਤਾਂ ਡਾਕੂਆਂ ਦੀ ਹੈ, ਜਿਹੜੇ ਜਾਨ ਤਲੀ ਤੇ ਰੱਖ ਕੇ, ਆਦੀ ਜਾਨ ਤਲੀ ਤੇ ਰੱਖ ਕੇ ਰਾਤ ਨੂੰ ਡਾਕੇ ਮਾਰਦੇ ਨੇ, ਉਹਨਾਂ ਦੀ ਹਲਾਲ ਦੀ ਰੋਜ਼ੀ ਹੈ। ਪਰ ਨਹੀਂ ਸ਼ੁਕਰੀ, ਮੇਰੀ ਅੱਜ ਰੱਬੂ ਵੀ ਗੈਰਤ ਜਾਗੀ ਖੜੋਤੀ ਹੈ, ਤੇ ਮੇਰਾ ਦਿਲ ਲੈਂਦਾ ਕਿ ਅੱਜ ਮੈਂ ਸੱਚੀਆਂ ਗੱਲਾਂ ਕਰਾਂ, ਭਾਵੇਂ ਮੈਨੂੰ ਲਿੱਤਰ ਛੁੱਟ ਜਾਵਣ, ਭਾਵੇਂ ਮੈਨੂੰ ਕੋਈ ਫਾਂਸੀ ਲਾ ਛੱਡੇ। ਹਾਂ, ਮੈਂ ਅੱਜ ਸੱਚੀਆਂ ਗੱਲਾਂ ਤੇਰੇ ਨਾਲ ਦਿਲ ਦੀਆਂ ਕਰਦਾ ਪਿਆ। ਸਾਡਾ ਚੌਧਰੀ ਹੈ, ਉਹ ਕਣਕ ਵਿੱਚ ਮਿੱਟੀ ਪਵਾਉਂਦਾ, ਉਹ ਗਾਂਡਿਆਂ ਦੀਆਂ ਦੇ ਵਿੱਚ ਜਨਾਬ ਪਾਣੀ ਪਵਾਉਂਦਾ, ਰੂੰ ਵੇਖ ਕੇ ਤੋਲ ਕੇ ਵੇਚਦਾ, ਮਕਈ ਦੇ ਵਿੱਚ ਬੋਰੇ ਪਵਾਉਂਦਾ ਰੋੜੀ ਦੇ ਬਰੀਕ, ਉਹ ਪਾ ਕੇ ਵੇਚਦਾ, ਉਹ ਵੀ ਹੇਰਾ ਫੇਰੀ ਕਰਦਾ। ਉਹਦੇ ਨੌਕਰ ਜਿਹੜੇ ਹਨ ਮਕਈ ਚਾ ਕੇ ਵੇਚ ਲੈਂਦੇ ਨੇ, ਮੈਂ ਗੱਡੀ ਦੇ ਵਿੱਚੋਂ ਤੇਲ ਕੱਢ ਕੇ ਵੇਚ ਲੈਂਦਾ। ਹਰ ਬੰਦਾ ਜਿੱਥੇ ਜਿੱਥੇ ਵੀ ਕੋਈ ਲੱਗਿਆ ਹੋਇਆ, ਜਿਹੜਾ ਕੋਈ ਕੁਲਫੀਆਂ ਵੇਚਣ ਵਾਲਾ ਹੈ, ਕੁਲਫੀਆਂ ਵੇਚਣ ਵਾਲਾ, ਉਹ ਵੀ ਲੋਹਾ ਲੈਂਦਾ ਹੈ ਨਾ, ਅਤੇ ਨਾਲ ਕੋਈ ਤਾਂਬਾ ਆ ਗਿਆ, ਤਾਂਬੇ ਦਾ ਰੇਟ ਹੋਰ ਨਹੀਂ, ਉਹ ਵੀ ਲੋਹੇ ਦੇ ਬਾਜ ਲੈ ਲੈਂਦਾ ਹੈ। ਕੋਈ ਬਾਹਰ ਆ ਗਿਆ ਉਹਦੇ ਕੋਲ 100 ਦੀ ਸ਼ਾਇਦ ਲੈ ਕੇ ਲੋਹੇ ਦੀ, ਅਤੇ ਉਹਨੂੰ ਦਾਨ ਦੀ ਕੁਲਫੀ ਦੇ ਕੇ ਅਤੇ ਅਗਲੇ ਚੌਂਕ 'ਚ ਹੋ ਜਾਂਦਾ ਹੈ। ਇਹਦੇ ਤੋਂ ਲੱਗ ਕੇ ਇੱਕ ਨਿਚਲੇ ਦਰਜੇ ਦਾ ਮਜ਼ਦੂਰ ਤੋਂ ਲੱਗ ਕੇ ਤੋੜ ਵੱਡੇ ਅਫਸਰ, ਮੈਂ ਉਹਨਾਂ ਦੇ ਨਾਂ ਨਹੀਂ ਲੈਂਦਾ, ਉਹਨਾਂ ਅਫਸਰਾਂ ਦੇ ਅਤੇ ਨਾ ਉਹਨਾਂ ਦੇ ਅਹੁਦਿਆਂ ਦੇ, ਤੋੜੋ ਤੋੜ ਇਨਸਾਫ ਕਰਨ ਵਾਲੇ ਵੀ ਜਿਹੜੇ ਲੋਕ ਹਨ ਉਹ ਵੀ ਜੋਕ ਮਾਰੇ ਜਾਂਦੇ ਨੇ, ਅਤੇ ਜਿਹੜੇ ਸਾਡੇ ਰੱਖ ਹਨ, ਸਾਡੀ ਹਿਫਾਜ਼ਤ ਕਰਨ ਵਾਲੇ ਲੋਕ ਹਨ, ਉਹ ਵੀ ਹੇਰਾ ਫੇਰੀਆਂ 'ਤੇ ਲੱਗੇ ਖੜੋਤੇ ਨੇ। ਅੱਲਾਹ ਤਾਲਾ ਤੈਨੂੰ ਵੀ ਇਮਾਨ ਦੇਵੇ, ਮੈਨੂੰ ਵੀ ਇਮਾਨ ਦੇਵੇ, ਜੇ ਇਮਾਨ ਨਾ ਇਸ ਦੁਨੀਆਂ 'ਤੇ ਆਇਆ ਤਾਂ ਮੁੜ ਕੇ ਆਮਦ ਆਉਣੀ ਹੈ ਆ ਜਾ। ਬਾਕੀ ਇਹ ਗੱਲ ਹੈ, ਸ਼ੁਕਰੀ ਰਾਣੀ, ਕਿਆਮਤ ਆਵਣ ਤੂੰ ਭੈੜੇ ਭੈੜੇ। ਕਿਸੇ ਯਾਦ ਕੀਤਾ ਹੈ ਤੇਰੇ ਤੋਂ ਇਲਾਵਾ? ਮੈਨੂੰ ਕੌਣ ਯਾਦ ਕਰ ਸਕਦਾ ਹੈ? ਲੱਗਦਾ ਹੈ ਨਜ਼ਲੇ ਯਾਦ ਕੀਤਾ, ਉੱਥੇ ਟੂਲ ਤੇ ਨਾ ਯਾਦ ਕੀਤਾ। ਕਿਆਮਤ ਆਵਣ ਤੂੰ ਭੈੜੇ ਭੈੜੇ ਜਿਹੜਾ ਹੈ ਨਾ, ਆਪਾਂ ਹੁਣ ਸ਼ਾਦੀ ਕਰ ਲਈਏ, ਸ਼ਾਦੀ ਕਰਕੇ ਤੇ ਕੋਈ ਬੱਚੇ ਬੁੱਚੇ ਜਮ। ਗੱਲ ਸੁਣ ਮੇਰੀ, ਕਿਆਮਤ ਔਸੀ, ਕਿਆਮਤ ਤੂੰ ਭੈੜੇ ਜਿਹੜਾ ਹੈ ਨਾ, ਆ ਦਰ ਦੇ ਵਿੱਚੋਂ ਬੋਹ ਕੱਢ ਕੇ ਨਾ ਬੋਰੀ ਇੱਕ ਵੱਡਾ ਤੋੜਾ ਲਈ ਜਾਈਏ, ਘਰੇ ਉਹ ਵੱਛਾ ਭੁੱਖਾ ਖੜੋਤਾ ਹੈ। ਆ ਜਾ। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।